YouTube ਦੇਖਣ ਵਾਲੇ ਸਾਰੇ ਵੀਰਾਂ ਦਾ ਫਾਰਮਿੰਗ ਵਲੌਗਰ ਚੈਨਲ ਤੇ ਸਵਾਗਤ ਹੈ ਜੀ। ਵੀਰੋ ਪਿਛਲੇ 1 ਸਾਲ ਤੋਂ ਆਪਣੇ ਚੈਨਲ ਤੇ ਵੀਡੀਓ ਜਿਹੜੀਆਂ ਨਹੀਂ ਆ ਰਹੀ ਸੀਗੀਆਂ ਉਹਨਾਂ ਲਈ ਮਾਫੀ ਚਾਹੁੰਦੇ ਆ ਜੀ। ਅੱਗੇ ਤੋਂ ਆਪਾਂ ਜਿਹੜੀਆਂ ਫੇਰ ਰੁਟੀਨ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਰਵਾਂਗੇ। ਕੁਝ ਕਾਰਨਾ ਕਰਕੇ ਵੀਰਾਂ ਤੋਂ ਮਾਫੀ ਚਾਹੁੰਦੇ ਆ ਜੀ। ਤੇ ਆਹ ਜਿਹੜਾ ਖੇਤ ਤੁਸੀਂ ਦੇਖ ਰਹੇ ਆ ਅੱਜ ਦੀ ਵੀਡੀਓ ਵੀ ਆਪਣੀ ਇਸੇ ਦੇ ਹੀ ਆ ਜੀ ਸਰੋਂ ਤੇ ਤੇ ਆਪਣੀ ਆਹ ਜੀ ਐਸ 7 ਜਿਹੜੀ ਆ ਸਰੋਂ ਲੱਗੀ ਹੋਈ ਆ ਤੇ ਇਹ 26 ਅਕਤੂਬਰ ਦੀ ਬੀਆਈ ਹੈਗੀ ਆ 600 ਗ੍ਰਾਮ ਜਿਹੜਾ ਸੀਡ ਪਾਇਆ ਗਿਆ ਵਾ ਨਿਊਮੈਟ੍ਰਿਕ ਪਲਾਂਟਰ ਨਾਲ ਬੀਜੀ ਹੋਈ ਆ ਤੇ ਮੈਸ਼ੀਓ ਵਾਲਾ ਜਿਹੜਾ ਹੁੰਦਾ ਤੇ ਫੂਟ ਬਹੁਤ ਸੋਹਣੀ ਆ ਸਰੋਂ ਦੀ ਤੁਹਾਨੂੰ ਮੈਂ ਦਿਖਾਉਣਾ ਜੀ ਕੁਝ ਇਹਦੇ ਵਿੱਚ ਬੂਟੇ ਹੈਗੇ ਆ ਵੀ ਦਿਨ ਬਦਨੇ ਫੂਟ ਨਿਸਰ ਵੀ ਗਈ ਆ ਪਰ ਹਜੇ ਵੀ ਇਹਦੀਆਂ ਨਵੀਆਂ ਲੱਗ ਰਆਂ ਜਿਹੜੀਆਂ ਨਿਕਲ ਰਹੀਆਂ ਬਹੁਤ ਵਧੀਆ ਵੈਰਾਈਟੀ ਆ ਇਹ ਤੇ ਆਪਾਂ ਨੂੰ ਲਾਉਂਦਿਆਂ ਨੂੰ 6 ਸਾਲ ਹੋ ਗਏ ਜੀ ਇਹ ਤੇ ਆ ਤੁਸੀਂ ਦੇਖ ਸਕਦੇ ਆ ਇੱਕ ਲਗਰ ਆ ਸਭ ਤੋਂ ਨੀਚੇ ਵਾਲੀ ਟੋਪ ਵਾਲੀ ਦਾ ਚਲੋ ਹੈ ਹੀ ਹੈ ਆ ਤੇ ਆ ਲਗਰ ਨੂੰ ਦੇਖੋ ਜੀ ਇੱਕ ਆ ਨਿਕਲ ਰਿਹਾ ਵਾ ਇੱਕ ਉਸ ਤੋਂ ਬਾਅਦ ਅੱਗੇ ਫੇਰ ਆ ਜੀ ਉਸ ਤੋਂ ਬਾਅਦ ਟੋਪ ਤਾਂ ਚਲੋ ਚਲਾ ਗਿਆ ਜੀ ਉਸ ਤੋਂ ਬਾਅਦ ਇੱਕ ਆ ਬੱਲੀ ਨਿਕਲ ਰਹੀ ਆ ਤੇ ਇਹਦੇ ਵਿੱਚ ਇੱਕ ਹੋਰ ਆ ਜੀ ਆ ਦੇਖੋ ਸਾਈਡ ਤੇ ਆ ਤੁਸੀਂ ਦੇਖ ਸਕਦੇ ਹੋਵੋਗੇ ਇਸੇ ਤਰ੍ਹਾਂ ਹੀ ਆ ਇੱਕ ਹੋਰ ਆ ਜੀ ਤੇ ਇਸੇ ਤਰ੍ਹਾਂ ਸਾਰੀਆਂ ਲਗਰਾਂ ਦੇ ਵਿੱਚ ਤੇ ਇਹ ਆਪਣੇ ਖੇਤਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ 10 ਤੋਂ 11 ਕੁਇੰਟਲ ਤੱਕ ਝਾੜ ਦਿੰਦੀ ਰਹੀ ਆ ਪਰ ਐਦਕੀ ਪਿਛਲੇ ਸਾਲ ਨਾਲੋਂ ਵੀ ਇਹ ਸਰੋਂ ਸਾਡੀ ਜਿਆਦਾ ਚੰਗੀ ਆ ਜੀ ਮੈਂ ਜਿਸ ਹੱਬ ਨਾਲ ਪੁਰਾਣਾ ਹੈਗਾ ਜਿਹੜਾ ਆਪਣਾ ਤਜਰਬਾ ਉਸ ਹੱਬ ਤੋਂ ਮੈਂ ਖੇਤ ਦੇਖ ਕੇ ਆਈਡੀਆ ਲਾ ਰਿਹਾ ਜੀ ਵੀ ਇਸ ਸਾਲ ਫਾਬੇ ਦਾ ਬਾਕੀ ਕੁਝ ਕਮੀਆਂ ਜਿਹੜੀਆਂ ਆਪਾਂ ਹੋਰ ਦੁਰਸਤ ਕੀਤੀਆਂ ਵਾ ਤੇ ਜਿਵੇਂ ਖਾਦ ਖਰਾਕ ਦਾ ਜਿਹੜਾ ਆਪਾਂ ਸਹੀ ਜਿਹੜਾ ਕੰਬੀਨੇਸ਼ਨ ਬਣਾਇਆ ਹੈਗਾਗਾ ਤੇ ਪ੍ਰੋਪਰ ਟਾਈਮ ਸਿਰ ਖਾਦ ਖਰਾਕ ਦਿੱਤੀ ਆ ਤੇ ਖਾਦਾਂ ਬਾਰੇ ਵੀ ਤੁਹਾਨੂੰ ਦੱਸ ਦਿਆਂ ਜੀ ਇਹਦੇ ਵਿੱਚ ਥੱਲੇ ਆਪਾਂ ਇੱਕ ਇੱਕ ਗੱਟਾ ਡੀਏਪੀ ਦਾ ਛੱਟਾ ਦਿੱਤਾ ਇੱਕ ਇੱਕ ਯੂਰੀਆ ਦਾ ਔਰ 20-20 ਕਿਲੋ ਬੈਂਟੋਨੇਟ ਸਲਫਰ ਇਹਦੇ ਵਿੱਚ ਪਾਈ ਹੋਈ ਆ ਖੇਤ ਤਿਆਰ ਕਰਨ ਤੋਂ ਬਾਅਦ ਪਹਿਲੀ ਵਹਾਈ ਲਾਸਟ ਵਹਾਈ ਤੇ ਤੇ ਉਸ ਤੋਂ ਬਾਅਦ ਬਜਾਈ ਕਰਾਤੀ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇ ਨਾਲ ਯੂਰੀਆ ਦਿੱਤਾ ਜੀ ਇਹਦੇ ਵਿੱਚ ਕੋਈ ਵੀ ਛੱਟੇ ਨਾਲ ਜਾਂ ਕੇਰ ਕੇ ਕੋਈ ਵੀ ਯੂਰੀਆ ਨਹੀਂ ਦਿੱਤਾ ਹੋਇਆ ਇਹਨੂੰ ਆਪਾਂ ਇੱਕ ਹੀ ਪਾਣੀ ਲਾਇਆ ਔਰ ਇੱਕੋ ਪਾਣੀ ਦੇ ਵਿੱਚ ਦੋ ਗੱਟੇ ਯੂਰੀਆ ਦੇ ਆਪਣੇ ਪੈ ਗਏ ਸੀਗੇ ਦੋ ਗੱਟੇ ਆਪਾਂ ਖਾੜੇ ਦੇ ਉੱਤੇ ਚਬੱਤੇ ਦੇ ਉੱਤੇ ਮੈਂ ਉਹ ਵੀ ਐਕਸਪੀਰੀਅੰਸ ਸ਼ੇਅਰ ਕਰੂੰਗਾ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਦੋਂ ਆਪਾਂ ਮੱਕੀ ਲਾਵਾਂਗੇ ਮੱਕੀ ਦੇ ਵਿੱਚ ਆਪਾਂ ਹਰ ਸਾਲ ਹੀ 2-3 ਸਾਲਾਂ ਤੋਂ ਤਕਰੀਬਨ ਇਸੇ ਤਰ੍ਹਾਂ ਹੀ ਯੂਰੀਆ ਪਾਉਨੇ ਆ ਵੀ ਜਿਵੇਂ ਛੱਟਾ ਦੇ ਕੇ ਨਹੀਂ ਪਾਉਂਦੇ ਚਬੱਤੇ ਦੇ ਉੱਤੇ ਆਪਾਂ ਡਰਮ 50 ਕਿਲੋ ਦਾ ਉਹਦੇ ਵਿੱਚ ਮੋਰੀ ਕੀਤੀ ਹੋਈ ਆ ਜਿਸ ਹਿਸਾਬ ਨਾਲ ਆਪਾਂ ਖੇਤ ਖਿਪਰ ਨਹੀਂ ਹੁੰਦੇ ਆ ਜੇ ਕਿਸੇ ਖੇਤ 'ਚ 2 ਘੰਟੇ ਮੋਟਰ ਚਲਾਉਣੀ ਆ ਤਾਂ ਉਸ ਹਿਸਾਬ ਨਾਲ ਮੋਰੀਆਂ ਛੋਟੀਆਂ ਵੱਡੀਆਂ ਜਾਂ ਜੇ ਪਾਈਪਲਾਈਨ ਜਿਵੇਂ ਤਾਂ ਦੋ ਮੋਟਰਾਂ ਇਕੱਠੀਆਂ ਚਾਲਦੀਆਂ ਹੁੰਦੀਆਂ ਤਾਂ ਉੱਥੇ ਸਰਾਖ ਆ ਜਿਹੜੇ ਵੱਡੇ ਛੋਟੇ ਕੀਤੇ ਹੋਏ ਆ ਉਹ ਚਲਾ ਦਿੰਦੇ ਆ ਉਹ ਆਪਾਂ ਐਵਰੇਜ ਕੱਢੀ ਹੋਈ ਆ ਉਹ ਹਰ ਕੋਈ ਵੀਰ ਆਪਦੇ ਆਪਦੀ ਮੋਟਰ ਦੇ ਹਿਸਾਬ ਨਾਲ ਮੋਟਰ ਦੇ ਪਾਣੀ ਦੇ ਹਿਸਾਬ ਨਾਲ ਛੋਟਾ ਵੱਡਾ ਕਰ ਸਕਦਾ ਹੁੰਦਾ ਉਹ ਇੱਕ ਵਾਰੀ ਉਹਨਾਂ ਨੂੰ ਆਪਦੇ ਖੇਤ ਚ ਪਹਿਲੀ ਵਾਰੀ ਤਾਂ ਤਜਰਬਾ ਕਰਨਾ ਪੈਂਦਾ ਅ ਪਹਿਲੀ ਵਾਰੀ ਅੰਕੜੇ ਨਹੀਂ ਨਿਕਲ ਕੇ ਜਾਨੀ ਕਿ ਪਤਾ ਲੱਗਦਾ ਅੰਕੜੇ ਕੱਢਣੇ ਪੈਂਦੇ ਆ ਵੀ ਕਿੰਨੇ ਘੰਟੇ ਮੋਟਰ ਚੱਲਦੀ ਆ ਤਾਂ ਕਿੰਨੇ ਕਿੰਨਾ ਡੀ ਯੂਰੀਆ ਪੈ ਜਾਂਦਾ ਤਾਂ ਅਸੀਂ ਜਿਹੜਾ ਯੂਰੀਆ ਉਹ ਤਕਰੀਬਨ 2 ਗੱਟੇ ਹੀ ਪਾਉਣਾ ਸੀ ਇਹਨੂੰ ਇਕੱਠਾ ਹੀ 2 ਗੱਟੇ ਨੂੰ ਆਪਾਂ ਇੱਕੋ ਕਿਉਂਕਿ ਪਾਣੀ ਆਪਾਂ ਇੱਕ ਹੀ ਲਾਉਣਾ ਸੀਗਾ ਤੇ 2 ਗੱਟੇ ਯੂਰੀ ਆਪਾਂ ਇਹਦੇ ਵਿੱਚ ਪਾਣੀ 'ਚ ਛੜਤਾ ਸੀਗਾ ਔਰ ਉਸ ਤੋਂ ਬਾਅਦ ਇਹਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਯੂਰੀਆ ਨਹੀਂ ਕੋਈ ਸਪਰੇ ਨਹੀਂ ਔਰ ਸੌਰੀ ਕੋਈ ਵੀ ਖਾਦ ਨਹੀਂ ਪਾਈ ਸਪਰੇ ਆਪਾਂ ਇੱਕ ਕੀਤੀ ਸੀ ਜੀ ਇਹਦੇ ਤੇ ਜਿਹਦੇ ਵਿੱਚ 12 63 ਫੰਗੀਸਾਈਡ ਮੈਨਕੋਜੇ ਪਲੱਸ ਜਿਹੜਾ ਆਉਂਦਾ ਵਾ ਕਾਰਬਡੀਜ਼ਮ 12% ਕਾਰਬिडिजਮ ਹੋਰ 63% ਮੈਨਕੋਜੇਬ ਤੇ ਨਾਲ ਆਪਾਂ ਇਹਦੇ ਕੁਝ ਨਹੀਂ ਪਾਇਆ ਸੀਗਾ ਸੌਰੀ ਜ਼ਿੰਕ ਪਾਈ ਸੀ ਜੀ ਚਰਲੀਟਡ ਤੇ ਇਹੀ ਇੱਕ ਸਪਰੇਅ ਕੀਤੀ ਆ ਹੁਣ ਆਪਾਂ ਨਸਾਰੇ ਤੇ ਆ ਕੇ ਜਦੋਂ ਇਹ ਨਸਾਰੇ ਤੇ ਆ ਗਈ ਸੀਗੀ ਫੁੱਲ ਹਜੇ ਨਹੀਂ ਕੱਡੇ ਸੀ ਜਿਵੇਂ ਆਹ ਸਟੇਜ ਆ ਤੇ ਇਹ ਸਟੇਜ ਦੇ ਉੱਤੇ ਆਪਾਂ ਇਹ ਛੋਟੀ ਆ ਦੇਖੋ ਇਹ ਇੱਥੇ ਪੁੱਟ ਕੇ ਪਨੀਰੀ ਲਾਈ ਹੋਈ ਸੀ ਤਾਂ ਥੋੜੀ ਛੋਟੀ ਰਹਿ ਗਈ ਜਦੋਂ ਆਹ ਸਟੇਜ ਤੇ ਸੀ ਜਾਨੀ ਕਿ ਆਹ ਹਾ ਸਟੇਜ ਸੀਗੀ ਹਜੇ ਸਰੋਂ ਦੀ ਛੋਟੀ ਸੀਗੀ ਤਦੋਂ ਆਪਾਂ ਇਹਦੇ ਉੱਤੇ ਐਮੀ ਸਟਾਰ ਟਾਪ ਵਾਲਾ ਸਾਲਟ ਔਰ ਪਲੱਸ ਪ੍ਰਾਂਟੋ ਜਿਹੜੇ ਵਿੱਚ 70% ਮੀਡਾ ਵਾ ਉਹ ਆਪਾਂ ਇਹਦੇ ਤੇ ਸਪਰੇਅ ਕਰਤੀ ਸੀ ਹੁਣ ਇਸ ਦੇ ਵਿੱਚ ਨਾ ਤਾਂ ਵੜਿਆ ਜਾਣਾ ਤੇ ਨਾ ਹੀ ਆਪਾਂ ਹੁਣ ਇਹ ਖੇਤ ਨੂੰ ਡਿਸਟਰਬ ਕਰਨਾ ਕਿਉਂਕਿ ਫਲਾਵਰਿੰਗ ਸਟੇਜ ਹੈਗੀ ਆ ਤੇ ਇਹ ਫਿਰ ਆਪਣੀ ਜਿਹੜੀ ਆ ਸਰੋ ਖਰਾਬ ਹੋਊਗੀ ਇਹਦਾ ਜਿਹੜਾ ਵਾ ਪਰਪਰਾਗਣ ਹੈਗਾ ਸੌਰੀ ਜਿਹੜਾ ਪਰਪਰਾਗਣ ਹੈਗਾ ਉਹ ਇਹਦਾ ਡਿਸਟਰਬ ਹੋਊਗਾ ਤੇ ਝਾੜ ਦੇ ਵਿੱਚ ਫਾਇਦੇ ਦੀ ਜਗ੍ਹਾ ਆਪਣਾ ਨੁਕਸਾਨ ਹੋਊਗਾ ਜੇ ਆਪਾਂ ਲੇੜ ਇਹਦੇ ਤੇ ਕੋਈ ਸਪਰੇਅ ਕਰਦੇ ਆਂ ਵੈਸੇ ਪਿਛਲੇ ਸਾਲਾਂ ਦਾ ਸਾਡਾ ਤਜਰਬਾ ਹੈਗਾ ਵੀ ਕੋਈ ਵੀ ਆਪਾਂ ਨੂੰ ਜੇ ਆਪਾਂ ਫੰਗੀ ਸਾਈਡ ਜਾਂ ਤੇਲੇ ਵਾਲੀ ਆਪਾਂ ਪਹਿਲਾਂ ਕਰ ਦਿੰਨੇ ਆ ਤਾਂ ਆਪਾਂ ਨੂੰ ਕਦੀ ਲੋੜ ਨਹੀਂ ਪਈ ਹੈਗੀ ਕਦੀ ਵੀ ਤੇਲ ਆ ਇਹਦੇ ਉੱਤੇ ਆਇਆ ਨਹੀਂ ਉਦੋਂ ਵੀ ਜਾਨੀ ਕਿ ਪਹਿਲਾਂ ਪਹਿਲਾਂ ਕਿਉਂਕਿ 1 ਮਹੀਨਾ ਰਿਜ਼ਲਟ ਰੱਖਦੀ ਉਹਦੋਂ ਪਹਿਲਾਂ ਪਹਿਲਾਂ ਇਹ ਜਿਹੜੀਆਂ ਫਲੀਆਂ ਬਣਾ ਜੂ ਆ ਤੁਸੀਂ ਦੇਖ ਸਕਦੇ ਆ ਵਿੱਚ ਫਲੀਆਂ ਬਣ ਵੀ ਚੁੱਕੀਆਂ ਕਾਫੀ ਆ ਦੇਖੋ ਇਹ ਹੁਣ ਦਿਨ ਬਦੇਨ ਜਿਹੜੀ ਆਪਦੀ ਆ ਸਟੇਜ ਇਹਦੀ ਅੱਗੇ ਪ੍ਰੋਪਰ ਤੁਰੀ ਜਾਣੀ ਆ ਤੇ ਤੇਲੇ ਦਾ ਕੋਈ ਏਡੀ ਖਾਸ ਦਿੱਕਤ ਆਉਣੀ ਹੈ ਨਹੀਂ ਤੇ ਬਾਕੀ ਮੌਸਮ ਵੀ ਹਾਲੇ ਤੱਕ ਹਾਲ ਫਿਲਹਾਲ ਵਧੀਆ ਸਰੋਂ ਲਈ ਵੀ ਔਰ ਕਣਕ ਲਈ ਵੀ ਬਾਕੀ ਆਪਾਂ ਕਣਕ ਦੀ ਵੀ ਵੀਡੀਓ ਲੈ ਕੇ ਆਵਾਂਗੇ ਕਣਕ ਨੂੰ ਕਦੋਂ ਵੀਡੀਓ ਸੌਰੀ ਕਦੋਂ ਫੰਗੀ ਸੈਡ ਕੀਤਾ ਜਾਵੇ ਕਿਹੜਾ ਫੰਗੀ ਸੈਡ ਕੀਤਾ ਜਾਵੇ ਕਿਹੜਾ ਇਨਸੈਕਟੀਸਾਈਡ ਕੀਤਾ ਜਾਵੇ ਉਹ ਤੇਲੇ ਵਾਸਤੇ ਤੇ ਉਹ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਹਾਂ ਇੱਕ ਗੱਲ ਮੈਂ ਹੋਰ ਸਕਿਪ ਕਰ ਗਏ ਕਈ ਵੀਰ ਕਹਿ ਦਿੰਦੇ ਆ ਵੀ ਸਰੋਂ ਦੇ ਉੱਤੇ ਸੁੰਡੀ ਦੀ ਸਪਰੇ ਸੁੰਡੀ ਦੀ ਇੰਨੀ ਜਿਆਦਾ ਦਿੱਕਤ ਆਉਂਦੀ ਨਹੀਂ ਹੈਗੀ ਸਰੋਂ ਦੇ ਉੱਤੇ ਉੱਥੇ ਆਉਂਦੀ ਹੈ ਜਿੱਥੇ ਆਪਾਂ ਲੇਟ ਯੂਰੀਆ ਕਰਦੇ ਆ ਯੂਰੀਆ ਲੇਟ ਪਾਉਣੇ ਆ ਉਹ ਚੀਜ਼ ਤੇ ਆਉਂਦੀ ਆ ਦਿੱਕਤ ਇਹਨੂੰ ਆਪਾਂ 45 ਦਿਨ ਦੀ ਗਣਕ ਨੂੰ ਪਹਿਲਾ ਪਾਣੀ ਲਾਦਾ ਸੀ ਔਰ ਪਹਿਲੇ ਪਾਣੀ ਦੇ ਨਾਲ ਹੀ ਆਪਾਂ ਇਹਨੂੰ ਯੂਰੀਆ ਦੋ ਗੱਟੇ ਦਿੱਤਾ ਸੀ ਉਸ ਤੋਂ ਬਾਅਦ ਨਾ ਤਾਂ ਕੋਈ ਪਾਣੀ ਲਾਇਆ ਔਰ ਨਾ ਹੀ ਕੋਈ ਯੂਰੀਆ ਆ ਗਿਆ ਆਪਾਂ ਇਹਦੇ ਵਿੱਚ ਪਾਇਆ ਹੈਗਾ ਤੇ ਔਰ ਇਸ ਤੋਂ ਬਾਅਦ ਹੁਣ ਆਪਾਂ ਪਾਣੀ ਲਾਉਣਾ ਵੀ ਨਹੀਂ ਚੰਗੇ ਝਾੜ ਲਈ ਇਹ ਗੱਲ ਜ਼ਰੂਰ ਧਿਆਨ ਚ ਰੱਖੋ ਕਿ ਜਦੋਂ ਸਰੋਂ ਦੀ ਫਸਲ ਜਿਹੜੀ ਆਪਣੀ ਫਲੀਆਂ ਚੱਕ ਲੈਂਦੀ ਆ ਜਾਂ ਫੁੱਲ ਚੱਕ ਲੈਂਦੀ ਆ ਫਲਾਵਰ ਸਟੇਜ ਤੇ ਆ ਜਾਂਦੀ ਆ ਤਾਂ ਉਹਦੋਂ ਪਹਿਲਾਂ ਪਹਿਲਾਂ ਆਪਾਂ ਇਹਦੇ ਥੱਲੇ ਗਿੱਲ ਰੱਖਣੀ ਹੁੰਦੀ ਆ ਉਹਦੋਂ ਬਾਅਦ ਚ ਇਹਨੂੰ ਖੁਸ਼ਕ ਰੱਖਣਾ ਹੁੰਦਾ ਜਿੰਨਾ ਆਪਾਂ ਖੁਸ਼ਕ ਰੱਖਾਂਗੇ ਉਹਨਾਂ ਆਪਣੀ ਯੀਲਡ ਆ ਜਿਹੜੀ ਉਹ ਕਮਾਲ ਦੀ ਆਊਗੀ ਬੰਪਰ ਆਊਗੀ ਤੇ ਜੇ ਆਪਾਂ ਪਾਣੀ ਇਹਦੋਂ ਬਾਅਦ ਲਾਉਣੇ ਆ ਤਾਂ ਫਿਰ ਆਪਣਾ ਦੇਖ ਤਾਂ ਇਹਨੂੰ ਵਧੀਆ ਮਿਲ ਜਾਂਦੀ ਆ ਪਰ ਝਾੜ ਦੇ ਵਿੱਚ ਇਫੈਕਟ ਪੈ ਜਾਂਦਾ ਔਰ ਇਸ ਤੋਂ ਬਿਨਾਂ ਇਕੱਲਾ ਝਾੜ ਦੇ ਵਿੱਚ ਹੀ ਨਹੀਂ ਤੇਲ ਦੇ ਵਿੱਚ ਵੀ ਕਾਫੀ ਫਰਕ ਪੈ ਜਾਂਦਾ ਤੇਲ ਦੀ ਕੁਆਂਟੀਟੀ ਜਿਹੜੀ ਆ ਜਿੰਨਾ ਥਾਂ ਥੱਲੇ ਖੁਸ਼ਕ ਹੋਊਗਾ ਤੇਲ ਦੀ ਕੁਆਂਟੀਟੀ ਵੱਧਦੀ ਆ ਹੁਣ ਤੁਸੀਂ ਤੁਹਾਨੂੰ ਮੈਂ ਦਿਖਾ ਦੇਣਾ ਨੀਚੇ ਕੋਈ ਏਡਾ ਜ਼ਿਆਦਾ ਗਿੱਲ ਹੈ ਨਹੀਂ ਨਾ ਹੀ ਬਾਹਲੀ ਜ਼ਿਆਦਾ ਔਰ ਨਾ ਹੀ ਸੁੱਕਾ ਹੈ ਸੁੱਕਾ ਹੈਗਾ ਆਹ ਤੇ ਦੇਖ ਸਕਦੇ ਹੋ ਇੰਨੀ ਕੁ ਗਿੱਲ ਹੈਗੀ ਆ ਮਿੱਟੀ ਦੇਖ ਸਕਦੇ ਆ ਭੁਰਪਰੀ ਹੈਗੀ ਆ ਇਹ ਮਹੀਨੇ ਤੋਂ ਸਵਾ ਮਹੀਨੇ ਦੇ ਵਿੱਚ 40 ਦਿਨ ਦੇ ਵਿੱਚ ਵਿੱਚ ਅੱਜ ਤੋਂ ਤਕਰੀਬਨ ਇਹ ਆਪਣੀ ਆ ਜੂਗੀ ਬਾਡੀ ਤੇ ਔਰ ਇਹਨੂੰ ਤਾਂ ਆਪਾਂ ਨੂੰ ਸਿਰਫ 20 ਤੋਂ 25 ਦਿਨ ਗਿੱਲ ਚਾਹੀਦੀ ਆ ਇੰਨੀ ਕੋਈ ਜ਼ਿਆਦਾ ਗਰਮੀ ਪੈ ਵੀ ਨਹੀਂ ਰਹੀ ਵੀ ਇੱਕਦਮ ਇਹ ਜਿਹੜਾ ਥਾਂ ਵਾ ਚਿੱਟਾ ਹੋ ਜਾਊਗਾ ਖੁਸ਼ਕ ਹੋ ਜਾਊਗਾ ਜਾਂ ਸਰੋਂ ਜਿਹੜੀ ਆ ਧੁੱਪ ਨਾਲ ਕਮਲਾਊਗੀ ਤੇ ਲਾਸਟ ਤੇ ਜਾ ਕੇ ਤਾਂ ਇਹਨੂੰ ਸੋਕਾ ਚਾਹੀਦਾ ਹੀ ਚਾਹੀਦਾ ਵਾ ਜਿੰਨਾ ਜ਼ਿਆਦਾ ਹੋਵੇ ਉਨਾ ਹੀ ਇਹ ਜਿਆਦੀ ਵਧੀਆ ਰਹਿੰਦੀ ਬਾਕੀ ਜੇ ਕੋਈ ਹਲਕੀ ਫੁਲਕੀ ਬਾਰਿਸ਼ ਹੋ ਗਈ ਤਾਂ ਉਹ ਉਹਦੇ ਅੱਗੇ ਆਪਣਾ ਕੋਈ ਉਹ ਨਹੀਂ ਹੈਗਾਗਾ ਹਣਾ ਤੇ ਬਾਕੀ ਆਪਣੀਆਂ ਆਉਣ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵੀਰ ਮੇਰੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਤੋਂ ਮਾਫੀ ਚਾਹੁੰਣਾ ਜੀ ਕਿਉਂਕਿ ਵੀਡੀਓ ਜਿਹੜੀਆਂ ਸੀ ਉਹ ਆਪਣੀਆਂ ਤਕਰੀਬਨ ਜਿਹੜੀਆਂ ਸੀਗੀਆਂ ਰੁਕੀਆਂ ਹੋਈਆਂ ਸੀਗੇ ਤੇ ਅੱਗੇ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਹੁਣ ਪ੍ਰੋਪਰ ਰੁਟੀਨ ਦੇ ਵਿੱਚ ਧੰਨਵਾਦ ਜੀ